ਤੇ ਉਧਰ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਤੇ ਫੇਸਬੁੱਕ ਸਮੇਤ ਅਮਰੀਕੀ ਆਈਟੀ ਉਦਯੋਗ ਦੇ ਪ੍ਰਤੀਨਿਧੀਆਂ ਨੇ H4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਯਾਨੀ ਕਿ ਵਰਕ ਪਰਮਿਟ ਖਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਵਿਰੋਧ ਕੀਤਾ। ਫੇਸਬੁੱਕ, ਗੂਗਲ ਅਤੇ ਮਾਈਕਰੋਸਾਫਟ ਵਰਗੀਆਂ ਚੋਟੀ ਦੀਆਂ ਆਈਟੀ ਕੰਪਨੀਆਂ ਵੱਲੋਂ ਸਿਲੀਕਾਨ ਵੈਲੀ ਵਿੱਚ ਸਥਾਪਿਤ FWD.US ਨੇ ਕੱਲ੍ਹ ਇਸ ਰਿਪੋਰਟ ਵਿੱਚ ਕਿਹਾ ਕਿ ਇਸ ਨਿਯਮ ਨੂੰ ਰੱਦ ਕਰਨਾ ਅਤੇ ਅਮਰੀਕੀ ਕਰਮਚਾਰੀ ਦਲ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਉਣਾ ਉਹਨਾਂ ਦੇ ਪਰਿਵਾਰ ਲਈ ਵਿਨਾਸ਼ਕਾਰੀ ਹੋਵੇਗਾ ਅਤੇ ਇਸ ਲਈ ਸਾਡੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚੇਗਾ। ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਪੱਤਰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਓਬਾਮਾ ਸ਼ਾਸਨ ਦੌਰਾਨ H4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਐਕਟ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ। H4 ਵੀਜ਼ਾ ਧਾਰਕਾਂ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਭਾਰਤੀ ਪੇਸ਼ੇਵਰਾਂ ਅਤੇ ਜ਼ਿਆਦਾ ਔਰਤਾਂ ਦੀ ਹੈ ਅਤੇ H4 ਵੀਜ਼ਾ ਉਹਨਾਂ ਨੂੰ ਦਿੱਤਾ ਜਾਂਦਾ ਜੋ H1 ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੇ। ਕੈਲੀਫੋਰਨੀਆ ਦੀ ਸੀਨੀਅਰ 15 ਮੈਂਬਰ ਸੰਸਥਾ ਦੇ ਇੱਕ ਸਮੂਹ ਰਿਪੋਰਟ ਵਿੱਚ ਕਿਹਾ ਗਿਆ ਕਿ H4 ਵੀਜ਼ਾ ਨਾਲ ਤਕਰੀਬਨ 1,00,000 ਲੋਕਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਮਿਲੀ ਹੈ ਅਤੇ ਇਹ ਅੱਗੇ ਉਹਨਾਂ ਦੇ ਭਾਈਚਾਰਿਆਂ ਵਿੱਚ ਫੈਲ ਗਿਆ ਅਤੇ ਲੀਵਰ ਅਤੇ H4 ਵੀਜ਼ਾ ਧਾਰਕ ਡਾਕਟਰ ਮਾਰੀਆ ਨਵਾਸ ਮੈਰੋਨੇ ਨੇ ਕਿਹਾ ਕਿ ਤਕਰੀਬਨ 1,00,000 H4 ਵੀਜ਼ਾ ਧਾਰਕਾਂ ਦੀ ਕੰਮ ਕਰਨ ਦੀ ਆਗਿਆ ਨੂੰ ਖਤਮ ਕਰਨ ਜਿਸ ਵਿੱਚ ਉਹਨਾਂ ਵਰਗੀਆਂ ਸਿੱਖਿਅਤ ਔਰਤਾਂ ਨੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚੇਗਾ ਅਤੇ ਹਜ਼ਾਰਾਂ ਅਮਰੀਕੀ ਪਰਿਵਾਰਾਂ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਸਾਨੂੰ ਕਾਨੂੰਨੀ ਇਮੀਗ੍ਰੇਸ਼ਨ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਇਸ ਲਈ ਅਮਰੀਕਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੀਨਤਾ ਵਿੱਚ ਅੱਗੇ ਬਣੇ ਰਹਿਣ ਵਿੱਚ ਮਦਦ ਮਿਲੇਗੀ। ਅਤੇ ਉੱਧਰ ਪ੍ਰਸ਼ਾਂਤ ਖੇਤਰ ਵਿੱਚ ਅਮਰੀਕੀ ਸੈਨਾ ਦੇ ਕਮਾਂਡਰ ਐਡਮਿਰਲ ਹੈਰੀ ਹੈਰਿਸ ਹੁਣ ਅਮਰੀਕਾ ਦੀ ਬਜਾਏ ਦੱਖਣੀ ਕੋਰੀਆ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਹੋਣਗੇ ਅਤੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਮ ਨੇ ਦੱਸਿਆ ਕਿ ਕਾਰੀ ਵਿਦੇਸ਼ ਸਕੱਤਰ ਜੋਨ ਸੁਲੇਵਾਨ ਨੇ ਕੱਲ੍ਹ ਇਸ ਫੈਸਲੇ ਬਾਰੇ ਸੂਚਨਾ ਦਿੱਤੀ ਹੈ ਅਤੇ ਬਿਸ਼ਪ ਨੇ ਸਿਡਨੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਸਟ੍ਰੇਲੀਆ ਦੇ ਰਾਜਦੂਤ ਦੇ ਰੂਪ ਵਿੱਚ ਇੱਥੇ ਐਡਮਿਰਲ ਹੈਰਿਸ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਕੋਰੀਆਈ ਪ੍ਰਾਇਦੀਪ ਵਿੱਚ ਅਮਰੀਕਾ ਲਈ ਗੰਭੀਰ ਚੁਣੌਤੀਆਂ ਨੇ। ਬਿਸ਼ਪ ਨੇ ਕਿਹਾ ਕਿ ਸੁਲੇਵਾਨ ਨੇ ਸਪਸ਼ਟ ਕੀਤਾ ਕਿ ਅਗਲੇ ਵਿਦੇਸ਼ ਸਕੱਤਰ ਲਈ ਨਵੀਂ ਨਿਯੁਕਤੀ ਕਰਨਾ ਪਹਿਲ ਹੋਵੇਗੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਵਰੀ ਵਿੱਚ ਆਸਟ੍ਰੇਲੀਆ ਦੇ ਨਵੇਂ ਰਾਜਦੂਤ ਲਈ ਹੈਰਿਸ ਨੂੰ ਨਾਮਜ਼ਦ ਕੀਤਾ ਸੀ। ਜੌਨ ਬੈਰੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਨਹੀਂ ਹੈ ਅਤੇ ਉਹ ਅਮਰੀਕੀ ਆਸਟ੍ਰੇਲੀਆਈ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ। ਉਹਨਾਂ ਨੇ ਸਤੰਬਰ 2016 ਵਿੱਚ ਇਹ ਅਹੁਦਾ ਛੱਡ ਦਿੱਤਾ ਸੀ। ਅਤੇ ਹੁਣ ਸ਼ੁੱਕਰਵਾਰ ਨੂੰ ਹੋਣ ਵਾਲੀ ਉੱਤਰ ਅਤੇ ਦੱਖਣ ਕੋਰੀਆ ਦੀ ਬੈਠਕ ਵਿੱਚ ਏਕੀਕਰਨ ਦਾ ਮੁੱਦਾ ਤਰਜੀਹੀ ਨਹੀਂ ਹੈ। ਹਾਲ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਣ 'ਤੇ ਇਸ ਮੁੱਦੇ ਵਿੱਚ ਨਵੀਂ ਜ਼ਿੰਦਗੀ ਮਿਲੀ ਹੈ ਪਰ ਅਧਿਕਾਰੀਆਂ ਅਤੇ ਮਾਹਰਾਂ ਦਾ ਮੰਨਣਾ ਕਿ ਕੋਰੀਆਈ ਪ੍ਰਾਇਦੀਪ ਵਿੱਚ 70 ਸਾਲਾਂ ਦੀ ਲੜਾਈ ਤੋਂ ਬਾਅਦ ਏਕੀਕਰਨ ਦੀ ਗੱਲ ਕੰਪਲੈਕਸ ਯਾਨੀ ਕਿ ਮੁਸ਼ਕਿਲ ਹੈ ਅਤੇ ਅਸਲੀਅਤ ਤੋਂ ਪਰੇ ਹੈ। ਅਤੇ ਇਸ ਤੋਂ ਇਲਾਵਾ ਦੱਖਣ ਕੋਰੀਆ ਇੱਕ ਪ੍ਰਮੁੱਖ ਆਰਥਿਕ ਸ਼ਕਤੀ ਬਣ ਗਿਆ ਅਤੇ ਉਹ ਲੋਕਤਾਂਤਰਿਕ ਸ਼ਾਸਨ ਹੈ ਜਦਕਿ ਉੱਤਰ ਕੋਰੀਆ ਦੀ ਆਰਥਿਕ ਸਥਿਤੀ ਖਰਾਬ ਹੈ ਅਤੇ ਉੱਥੇ ਕਿਮ ਦੇ ਵੰਸ਼ ਦਾ ਸ਼ਾਸਨ ਹੈ ਅਤੇ ਲੋਕਾਂ ਨੂੰ ਬਹੁਤ ਘੱਟ ਆਜ਼ਾਦੀ ਮਿਲ ਰਹੀ ਹੈ। ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਵਿਸ਼ੇਸ਼ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੂਨ ਚਿੰਗ ਇਨ ਨੇ ਕਿਹਾ ਕਿ ਕਿਮ ਯੋਂਗ ਉਹਨਾਂ ਦੇ ਨਾਲ ਸ਼ਿਖਰ ਬੈਠਕ ਵਿੱਚ ਸ਼ਾਂਤੀ ਅਤੇ ਪਰਮਾਣੂ ਨਿਰਮਾਤਾ ਦਾ ਮੁੱਦੇ 'ਤੇ ਗੱਲਬਾਤ ਅਤੇ ਵਿਚਾਰ ਸਾਂਝਾ ਕਰਨਗੇ। ਸਾਲ 2000 ਤੋਂ 2007 ਦੀ ਬੈਠਕ ਦੇ ਪ੍ਰਮੁੱਖ ਮਸਲੇ ਏਕੀਕਰਨ ਅਤੇ ਇਸ ਬੈਠਕ ਵਿੱਚ ਥੋੜ੍ਹੀ ਵੀ ਚਰਚਾ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਤੱਕ ਸ਼ਾਂਤੀ ਨਹੀਂ ਹੋਵੇਗੀ ਉਦੋਂ ਤੱਕ ਏਕੀਕਰਨ ਨਹੀਂ ਹੋ ਸਕਦਾ। ਅਤੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਬੁੱਧਵਾਰ ਨੂੰ 3 ਕਾਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ। ਇਹ ਹਾਦਸਾ ਪੱਛਮੀ ਮੈਲਬੋਰਨ ਦੇ ਮੈਲਟਨ ਹਾਈਵੇ 'ਤੇ ਵਾਪਰਿਆ। ਪੁਲਿਸ ਮੁਤਾਬਕ ਕਾਰਾਂ ਮੈਲਟਨ ਹਾਈਵੇ 'ਤੇ ਲੇਕਸ ਰੋਡ ਅਤੇ ਮਾਊਂਟ ਕੋਟਰੇਲ ਰੋਡ ਤੋਂ ਆ ਰਹੀਆਂ ਸਨ ਜਦੋਂ ਇੱਕ ਹੋਰ ਕਾਰ ਨੇ ਦੋਹਾਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ। ਪੁਲਿਸ ਮੁਤਾਬਕ ਇਸ ਭਿਆਨਕ ਟੱਕਰ ਕਾਰਨ ਕਾਰਾਂ ਨੁਕਸਾਨੀਆਂ ਗਈਆਂ ਅਤੇ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਔਰਤ ਇੱਕ ਬੱਚਾ ਵੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਾਸਪਿਟਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਨੂੰ ਸਨਸ਼ਾਈਨ ਹਾਸਪਿਟਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਹਰ ਚੀਜ਼ ਇੰਨੀ ਤੇਜ਼ੀ ਨਾਲ ਬਦਲ ਗਈ ਹੈ ਕਿ ਹਰ ਕੋਈ ਹੈਰਾਨ ਹੈ।
ਇਸੇ ਤਰ੍ਹਾਂ ਚੀਨੀ ਮੀਡੀਆ 8 ਮਹੀਨੇ ਪਹਿਲਾਂ ਭਾਰਤ ਨੂੰ ਜੰਗ ਦੀ ਧਮਕੀ ਦੇ ਰਿਹਾ ਸੀ ਕਿਉਂਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਕਰੀਬ 72 ਦਿਨਾਂ ਤੱਕ ਡੋਕਲਾਮ ਵਿੱਚ ਆਹਮਣੇ ਸਾਹਮਣੇ ਰਹੀਆਂ ਸਨ ਪਰ ਹੁਣ ਦੋਵੇਂ ਦੇਸ਼ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 10 ਤੋਂ 20 ਸਾਲ ਨਹੀਂ ਬਲਕਿ ਅਗਲੇ 100 ਸਾਲਾਂ ਲਈ ਆਪਣੇ ਚੰਗੇ ਰਿਸ਼ਤਿਆਂ ਦੀ ਰੇਖਾ ਖਿੱਚ ਸਕਦੇ ਨੇ ਚੀਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਇਤਿਹਾਸਿਕ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ ਸਭ ਤਰ੍ਹਾਂ ਦੇ ਪ੍ਰੋਟੋਕੋਲ ਨੂੰ ਤੋੜਦੇ ਹੋਏ ਵੁਹਾਨ ਵਿੱਚ ਇੱਕ ਬੇਮਿਸਾਲ ਰਸਮੀ ਸੰਮੇਲਨ ਤਿਆਰ ਕੀਤਾ ਜਾ ਰਿਹਾ ਜੋ ਕਿ ਹੁਣ ਬਿਹਤਰ ਤਾਕਤਵਰ ਬਣ ਚੁੱਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲਾਂ ਕਿਸੇ ਵੀ ਵਿਦੇਸ਼ੀ ਆਗੂ ਲਈ ਇੰਨਾ ਪ੍ਰਬੰਧ ਨਹੀਂ ਕੀਤਾ ਸੀ ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਿਲ ਹੋਣਗੇ ਉਹ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਨੇ ਅਤੇ ਇਸ ਲਈ ਸਭ ਨੂੰ ਉਹਨਾਂ ਤੋਂ ਕਾਫੀ ਉਮੀਦਾਂ ਨੇ ਕੌਂਗ ਨੇ ਦੱਸਿਆ ਕਿ ਵੁਹਾਨ ਸ਼ਿਖਰ ਸੰਮੇਲਨ ਵਿੱਚ ਬੇਮਿਸਾਲ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਿਨਾਂ ਕਿਸੇ ਤੈਅ ਏਜੰਡੇ ਦੇ ਕਈ ਵਿਆਪਕ ਮਸਲਿਆਂ 'ਤੇ ਗੱਲ ਕੀਤੀ ਜਾਵੇਗੀ ਅਗਲੇ 100 ਸਾਲਾਂ ਲਈ ਇੱਕ ਖਾਕਾ ਤਿਆਰ ਕੀਤਾ ਜਾ ਸਕਦਾ ਅਤੇ ਇਸ ਸੰਮੇਲਨ ਵਿੱਚ ਦੋਵੇਂ ਆਗੂ ਡੋਕਲਾਮ ਤੋਂ ਅੱਗੇ ਵਧਣ ਦੀ ਤਿਆਰੀ ਕਰਨਗੇ ਭਾਰਤ ਨੇ ਇੱਕ ਵਾਰ ਫਿਰ ਚੀਨ ਦੇ ਪ੍ਰੋਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ BRI ਨੂੰ ਮੰਨਣ ਅਤੇ ਇਸਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਬੀਜਿੰਗ ਵਿੱਚ ਖਤਮ ਹੋਈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ CESCO ਦੇ ਵਿਸ਼ੇਸ਼ ਮੰਤਰੀਆਂ ਦੀ ਬੈਠਕ ਵਿੱਚ ਭਾਰਤ ਨੇ ਪ੍ਰੋਜੈਕਟ ਦੀ ਪੁਸ਼ਟੀ ਤੋਂ ਖੁਦ ਨੂੰ ਵੱਖ ਰੱਖਿਆ ਜਦਕਿ ਸੰਗਠਨ ਦੇ ਬਾਕੀ 8 ਮੈਂਬਰਾਂ ਨੇ ਇਸਦਾ ਸਮਰਥਨ ਕੀਤਾ SCO ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਜਾਰੀ ਜੁਆਇੰਟ ਸਟੇਟਮੈਂਟ ਵਿੱਚ 24 ਅਪ੍ਰੈਲ ਨੂੰ ਕਿਹਾ ਗਿਆ ਕਿ ਕਿਰਗਿਜ਼ਸਤਾਨ ਕਿਰਗਿਜ਼ਸਤਾਨ ਪਾਕਿਸਤਾਨ ਰੂਸ ਤਜਾਕਿਸਤਾਨ ਅਤੇ ਚੀਨ ਦੇ BRI ਪ੍ਰੋਜੈਕਟ ਨੂੰ ਆਪਣਾ ਸਮਰਥਨ ਦੁਹਰਾਇਆ BRI ਦੇ ਸਹਿਮਤੀ ਜਤਾਉਣ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਦਾ ਨਾਂ ਸਾਫ਼ ਤੌਰ 'ਤੇ ਨਹੀਂ ਸੀ BRI ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਦਾ ਹਿੱਸਾ ਅਤੇ ਬਿਆਨ ਵਿੱਚ ਅੱਗੇ ਆਖਿਆ ਗਿਆ ਕਿ ਪੱਖਾਂ ਨੇ SCO ਖੇਤਰ ਵਿੱਚ ਇੱਕ ਵਿਆਪਕ ਖੁੱਲ੍ਹੀ ਅਤੇ ਆਪਸੀ ਫਾਇਦੇ ਦੀ ਹਿੱਸੇਦਾਰੀ ਲਈ ਖੇਤਰ ਦੇ ਦੇਸ਼ਾਂ ਅੰਤਰਰਾਸ਼ਟਰੀ ਸੰਗਠਨਾਂ ਅਤੇ ਬਹੁਪੱਖੀ ਸੰਸਥਾਨਾਂ ਦੀ ਸਮਰੱਥਾ ਦੇ ਇਸਤੇਮਾਲ ਦਾ ਸਮਰਥਨ ਕੀਤਾ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਨੂੰ ਇਸ ਸੰਗਠਨ ਵਿੱਚ ਸ਼ਾਮਿਲ ਕੀਤਾ ਗਿਆ ਸੀ ਜਦਕਿ ਚੀਨ ਅਤੇ ਰੂਸ ਪ੍ਰਭਾਵਸ਼ਾਲੀ ਮੈਂਬਰ ਨੇ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ SCO ਦੇਸ਼ਾਂ ਦੇ ਅੰਦਰ ਜਾਰੀ ਕਨੈਕਟੀਵਿਟੀ ਦੇ ਮੁੱਦੇ ਦੀ ਗੱਲ ਕੀਤੀ ਸੀ ਅਤੇ ਉਹਨਾਂ ਨੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਮਤਲਬ BRI ਦਾ ਜ਼ਿਕਰ ਕਰਦੇ ਬਗੈਰ ਸਾਫ਼ ਕਰ ਦਿੱਤਾ ਸੀ ਕਿ ਇਸ ਪ੍ਰੋਜੈਕਟ 'ਤੇ ਭਾਰਤ ਦੀਆਂ ਕਿਹੜੀਆਂ ਚਿੰਤਾਵਾਂ ਜੁੜੀਆਂ ਨੇ ਸੁਸ਼ਮਾ ਨੇ ਕਿਹਾ ਕਿ SCO ਦੇਸ਼ਾਂ ਵਿਚਾਲੇ ਸੰਪਰਕ ਭਾਰਤ ਦੀ ਪਹਿਲ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਸੰਪਰਕ ਨਾਲ ਆਪਸੀ ਸਹਿਯੋਗ ਅਤੇ ਭਰੋਸੇ ਦਾ ਨਿਰਮਾਣ ਹੋਵੇ ਭਾਰਤ ਨੇ BRI ਦਾ ਹਿੱਸਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਸਰਹੱਦੋਂ ਪਾਰ ਪ੍ਰਸਿੱਧ ਅਦਾਕਾਰਾ ਨਾਟਕਕਾਰਾ ਅਤੇ ਅਜੋਕਾ ਥੀਏਟਰ ਦੀ ਸੰਸਥਾਪਕ ਮਦੀਹਾ ਗੌਹਰ ਇਸ ਸੰਸਾਰ 'ਤੇ ਨਹੀਂ ਰਹੇ 21 ਸਤੰਬਰ 1956 ਨੂੰ ਕਰਾਚੀ ਵਿੱਚ ਜਨਮੀ ਮਦੀਹਾ ਨੇ 25 ਅਪ੍ਰੈਲ 2018 ਨੂੰ ਲਾਹੌਰ ਵਿਖੇ ਆਖਰੀ ਸਾਹ ਲਏ ਮਦੀਹਾ ਗੌਹਰ ਪਿਛਲੇ 3 ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਮਦੀਹਾ ਗੌਹਰ ਨੇ 1984 ਵਿੱਚ ਅਜੋਕਾ ਥੀਏਟਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਰੀਬ 3 ਦਰਜਨ ਨਾਟਕਾਂ ਦੀ ਨਿਰਦੇਸ਼ਨਾ ਕੀਤੀ ਸੀ ਅਜੋਕੇ ਥੀਏਟਰ ਨਾਲ ਮਦੀਹਾ ਗੌਹਰ ਨੇ ਪਾਕਿਸਤਾਨ ਤੋਂ ਇਲਾਵਾ ਕਈ ਹੋਰ ਦੇਸ਼ਾਂ ਭਾਰਤ ਬੰਗਲਾਦੇਸ਼ ਨੇਪਾਲ ਸ਼੍ਰੀਲੰਕਾ ਅਤੇ ਯੂਰਪ ਵਿੱਚ ਅਨੇਕਾਂ ਨਾਟਕਾਂ ਦਾ ਮੰਚਨ ਕੀਤਾ ਗੌਹਰ ਨੇ ਜ਼ਿਆਦਾਤਰ ਨਾਟਕ ਉਹਨਾਂ ਦੇ ਪਤੀ ਸ਼ਾਹਿਦ ਨਦੀਮ ਵੱਲੋਂ ਲਿਖੇ ਹੁੰਦੇ ਸਨ ਅਤੇ ਉਹਨਾਂ ਦਾ ਸਭ ਤੋਂ ਵਧੀਆ ਨਾਟਕ ਸੂਫੀ ਕਵੀ ਬੁੱਲੇ ਸ਼ਾਹ 'ਤੇ ਅਧਾਰਿਤ ਬੁੱਲਾ ਸਮਝਿਆ ਜਾਂਦਾ 1990 ਦੇ ਦਹਾਕੇ ਦੌਰਾਨ ਮਦੀਹਾ ਦੇ ਥੀਏਟਰ ਗਰੁੱਪ ਵਿੱਚ ਅਜੋਕਾ ਦੇ ਨਾਂ ਨੂੰ ਹਰ ਆਮ ਅਤੇ ਖਾਸ ਇਨਸਾਨ ਜਾਣਨ ਲੱਗ ਗਿਆ ਸੀ ਅੱਜ ਤੋਂ 7 ਕੁ ਸਾਲ ਪਹਿਲਾਂ ਜਦ ਉਹਨਾਂ ਦੇ ਗਰੁੱਪ ਨੂੰ ਭਾਰਤ ਦਾ ਵੀਜ਼ਾ ਨਹੀਂ ਸੀ ਮਿਲਿਆ ਤਾਂ ਉਹ ਬਹੁਤ ਦੁਖੀ ਹੋਏ ਸਨ ਉਹਨਾਂ ਦਾ ਨਾਟਕ ਮੇਰਾ ਰੰਗ ਦੇ ਬਸੰਤੀ ਚੋਲਾਂ ਨੂੰ ਮੇਲਾ ਗਦਰੀ ਬਾਬਿਆਂ ਦਾ ਜਲੰਧਰ ਵਿੱਚ ਬੇਅਸਬਰੀ ਨਾਲ ਉਡੀਕਿਆ ਜਾ ਰਿਹਾ ਸੀ ਕਲਾ ਜਗਤ ਦੇ ਲੋਕਾਂ ਨੇ ਕਿਹਾ ਕਿ ਮਦੀਹਾ ਗੌਹਰ ਦੇ ਜਾਣ ਨਾਲ ਕਲਾ ਖੇਤਰ ਵਿੱਚ ਇੱਕ ਵੱਡਾ ਘਾਟਾ ਪਿਆ ਬੇਸ਼ੱਕ ਮਦੀਹਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਨਾਟਕ ਦੋਹਾਂ ਦੇਸ਼ਾਂ ਦੇ ਸੰਬੰਧ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਸਨ ਕੈਲਗਰੀ ਵਿੱਚ ਵੱਡਾ ਜਹਾਜ਼ ਹਾਦਸਾ ਟਲਿਆ ਸੜਕ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ ਲਿਬਰਲਸ ਨੇ ਵਿਕ ਢਿੱਲੋਂ ਨੂੰ ਬ੍ਰੈਂਪਟਨ ਤੋਂ ਮੁੜ ਐਲਾਨਿਆ ਉਮੀਦਵਾਰ ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ ਵੱਲੋਂ ਟੋਰਾਂਟੋ ਵੈਨ ਤ੍ਰਾਸਦੀ ਉੱਤੇ ਦੁੱਖ ਦਾ ਪ੍ਰਗਟਾਵਾ H4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਖਤਮ ਕਰਨ ਦੇ ਵਿਰੋਧ ਵਿੱਚ ਉਤਰੇ ਸੰਸਦ ਮੈਂਬਰ ਤੇ ਵਪਾਰੀ ਐਡਮਿਰਲ ਹੈਰਿਸ ਹੋਣਗੇ ਦੱਖਣ ਕੋਰੀਆ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਤੇ ਮੈਲਬੋਰਨ ਵਿੱਚ 3 ਕਾਰਾਂ ਵਿਚਾਲੇ ਭਿਆਨਕ ਟੱਕਰ 4 ਲੋਕ ਜ਼ਖਮੀ ਇਹ ਸਨ ਅੱਜ ਦੀਆਂ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਬਣੇ ਰਹੋ ਸਾਂਝਾ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ Thank you.